ਸ੍ਰੀ ਗਾਲਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਸਰਪੀ ਖਬਰਾਂ ਦੇ ਬੁਲੇਟਨ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਖਬਰਾਂ ਦੇ ਬੁਲੇਟਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਂ ਖਬਰਾਂ ਕੈਨੇਡਾ ਨੇ 2023 ਦੇ ਵਿੱਚ ਸਿੰਗਲ ਐਕਸਪ੍ਰੈਸ ਐਂਟਰੀ ਡਰੋਅ ਚ ਰਿਕਾਰਡ 7000 ਸੱਦੇ ਕਿਤੇ ਜਾਰੀ ਅਮਰੀਕਾ ਚ ਕਾਰ ਨੇ ਮਜ਼ਦੂਰਾਂ ਨੂੰ ਟੱਕਰ ਮਾਰਨ ਮਗਰੋਂ ਖਾਦੀਆਂ ਪਲਟੀਆਂ ਚਾਰ ਲੋਕਾਂ ਦੀ ਹੋਈ ਮੌਤ ਦੁਬਈ ਤੋਂ ਮੁੰਬਈ ਆ ਰਹੇ ਜਾਂਚ ਸ਼ਰਾਬ ਪੀਨ ਮਗਰੋਂ ਅਨੁਚਿਤ ਵਿਵਹਾਰ ਕਰਨ ਤੇ ਦੋ ਵਿਅਕਤੀ ਹੋਏ ਗ੍ਰਿਫਤਾਰ ਭਾਰਤ ਦੇ ਵਿੱਚ ਸ਼ੁਰੂ ਹੋਈ 6G ਦੀ ਤਿਆਰੀ ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤਾ ਰਿਸਰਚ ਸੈਂਟਰ ਦਿੱਲੀ ਚ ਲਗਾਤਾਰ ਦੋਜੇ ਦਿਨ ਕੰਬੀ ਧਰਤੀ 2.7 ਤੀਬਰਤਾ ਦਾ ਆਇਆ ਪੁਚਾਰ ਰੀਆ ਮੋਦੀ ਨੇ ਪਗਲ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਕਿਹਾ ਕੁਰਬਾਨੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 106 ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਕੀਤਾ ਸਨਮਾਨਿਤ। ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖੁਲਾਸਾ ਹੁਣ ਸਾਹਮਣੇ ਆਇਆ ਮਹਾਰਾਸ਼ਟਰ ਕਨੈਕਸ਼ਨ। ਅੰਮ੍ਰਿਤਪਾਲ ਦੀ ਪਤਨੀ ਬਾਰੇ ਵੱਡਾ ਖੁਲਾਸਾ ਬਰਤਾਨੀਆਂ 'ਚ ਗ੍ਰਿਫਤਾਰ ਖਾਲਿਸਤਾਨ ਸਮਰਥਕ ਖੰਡਾ ਨਾਲ ਸੰਬੰਧ ਤਫ਼ਤੀਸ਼ ਸ਼ੁਰੂ। ਸੁਰਤ ਦੀ ਅਦਾਲਤ ਨੇ ਮਾਨਾ ਹਾਨੀ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੱਤਾ 2 ਸਾਲ ਦੀ ਸਜ਼ਾ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ 2023 ਦੇ 7ਵੇਂ ਐਕਸਪ੍ਰੈਸ ਐਂਟਰੀ ਡਰੋਅ ਵਿੱਚ ਅਪਲਾਈ ਕਰਨ ਲਈ ਲਗਭਗ 7000 ਸੱਦੇ ਜਾਰੀ ਕੀਤੇ ਜੋ ਇੱਕ ਸਿੰਗਲ ਡ੍ਰੋ ਵਿੱਚ ਸਭ ਤੋਂ ਵੱਧ ਗਿਣਤੀ ਹੈ ਇਹ ਡ੍ਰੋ ਪਿਛਲੇ ਹਫਤੇ ਦੇ ਆਖਿਰ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਇਸ ਡ੍ਰੋ ਨੇ 18 ਜਨਵਰੀ 2023 ਨੂੰ ਆਯੋਜਿਤ ਆਖਰੀ 올 ਪ੍ਰੋਗਰਾਮ ਡ੍ਰੋ ਵਿੱਚ ਬੁલાਏ ਗਏ 5500 ਉਮੀਦਵਾਰਾਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਦਿੱਤਾ 올 ਪ੍ਰੋਗਰਾਮ ਡ੍ਰੋ ਦੇ ਵਿੱਚ ਫੈਡਰਲ ਸਕਿਲਡ ਵਰਕ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਰਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਤਿੰਨੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਉਮੀਦਵਾਰਾਂ ਤੇ ਵਿਚਾਰ ਕੀਤਾ ਜਾਂਦਾ ਹੈ ਇਸ ਡ੍ਰੋ ਦੇ ਵਿੱਚ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ 490 ਸੀ ਆਈਟੀਏਐਸ ਦੀ ਰਿਕਾਰਡ ਸੰਖਿਆ ਜਾਰੀ ਕਰਨ ਤੋਂ ਇਲਾਵਾ ਇਹ ਡ੍ਰੋ ਪ੍ਰੋਗਰਾਮ ਵਿਸ਼ੇਸ਼ ਡ੍ਰੋ ਦੇ ਰੁਝਾਨ ਨੂੰ ਤੋੜਦਾ ਹੈ ਜੋ ਪਿਛਲੇ 2 ਮਹੀਨਿਆਂ ਤੋਂ ਹੋ ਰਹੇ ਹਨ ਪਿਛਲੇ ਸਾਰੇ ਪ੍ਰੋਗਰਾਮ ਡਰਾ ਤੋਂ ਲੈ ਕੇ ਪ੍ਰੋਗਰਾਮ ਵਿਸ਼ੇਸ਼ ਸੱਦਿਆ ਤੇ ਚਾਰ ਦੌਰੇ ਹੋਏ ਹਨ ਇਹਨਾਂ ਵਿੱਚ ਤਿੰਨ ਸਿਰਫ ਪੀਐਨਪੀ ਲਈ ਅਤੇ ਇੱਕ ਐਫਐਸਡਬਲਯੂਪੀ ਉਮੀਦਵਾਰਾਂ ਲਈ ਜਾ ਨਵੀਤਮ ਡ੍ਰੋ ਸਿਰਫ ਪੀਐਨਪੀਸੀ ਅਤੇ ਸਿਰਫ 697 ਉਮੀਦਵਾਰਾਂ ਨੇ 1 ਮਾਰਚ 2023 ਨੂੰ ਆਈਟੀਏ ਹਾਸਲ ਕੀਤਾ ਕੋਵਿਡ-19 ਮਹਾਮਾਰੀ ਯਾਤਰਾ ਪਾਬੰਦੀਆਂ ਅਤੇ ਸਰਹੱਦਾਂ ਦੇ ਬੰਦ ਹੋਣ ਕਾਰਨ ਪੈਦਾ ਹੋਏ ਬਲੈਕ ਲੌਗ ਨੂੰ ਕੱਟ ਕਰਨ ਲਈ ਦਸੰਬਰ 2020 ਦੇ ਸਾਰੇ ਪ੍ਰੋਗਰਾਮ ਡ੍ਰਾ ਕਰ ਰੋਕ ਦਿੱਤੇ ਗਏ ਸੀ ਦਸੰਬਰ 2020 ਤੋਂ ਸਤੰਬਰ 2021 ਤੱਕ ਆਰਸੀਸੀ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਪ੍ਰੋਵੀਜ਼ਨਲ ਨਾਮਜ਼ਦ ਪ੍ਰੋਗਰਾਮ ਯਾਨੀ ਕਿ ਪੀਐਨਪੀ ਬਿਟ ਉਮੀਦਵਾਰਾਂ ਨੂੰ ਆਈਟੀਏ ਜਾਰੀ ਕਰਨਾ ਜਾਰੀ ਰੱਖਿਆ ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਵਿੱਚ ਇੱਕ ਕਾਰ ਦੇ ਹਾਈਵੇ ਵਰਕ ਜ਼ੋਨ ਵਿੱਚ ਹਾਦਸਾਗ੍ਰਸ ਹੋ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਮੈਰੀਲੈਂਡ ਸਟੇਟ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁਰੂਆਤੀ ਜਾਣਦੇ ਅਨੁਸਾਰ ਇੱਕ ਪੂਰੇ ਰੰਗ ਦੀ ਕਾਰ ਹਾਈਵੇ ਤੇ ਵਰਕ ਜ਼ੋਨ ਵਿੱਚ ਦਾਖਲ ਹੋ ਗਈ ਅਤੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ। ਐਮਰਜੈਂਸੀ ਮੈਡੀਕਲ ਸੇਵਾ ਦੇ ਕਰਮਚਾਰੀਆਂ ਨੇ ਜ਼ਖਮੀਆਂ ਵਿੱਚੋਂ 6 ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੇ ਹੈ। ਕਾਰ ਡਰਾਈਵਰ ਵਾਲਵਲ ਬਚ ਗਿਆ ਹੈ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇ ਗਿਆ ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ ਇਤਿਹਾਸਿਤ ਵਿੱਚ ਜਾਂਚ ਕੀਤੀ ਜਾ ਰਹੀ ਹੈ ਮੈਰੀਲੈਂਡ ਦੇ ਗਵਰਨਰ ਫੇਸ ਮੂਰ ਨੇ ਬੁੱਧਵਾਰ ਦੁਪਹਿਰ ਨੂੰ ਟਵੀਟ ਕੀਤਾ ਕਿ ਉਹਨਾਂ ਦਾ ਦਫ਼ਤਰ ਸਥਾਨਕ ਅਧਿਕਾਰੀਆਂ ਦੇ ਸਪਰਕ ਵਿੱਚ ਹੈ ਅਤੇ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਇੱਕ ਉਡਾਨ 'ਚ ਨਸ਼ੇ ਦੀ ਹਾਲਤ 'ਚ ਡਰਾਈਵਰ ਗਰੁੱਪ ਦਾ ਮੈਂਬਰ ਅਤੇ ਸਹਿ ਯਾਤਰੀਆਂ ਨੂੰ ਕਥਿਤ ਤੌਰ 'ਤੇ ਅਪਸ਼ਬਦ ਕਹਿਣ ਦੇ ਮਾਮਲੇ ਦੇ ਵਿੱਚ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ਮੁੰਬਈ 'ਚ ਉਤਰਨ ਤੋਂ ਬਾਅਦ ਦੋਵਾਂ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ ਇੱਥੇ ਉਹਨਾਂ ਨੂੰ ਇੱਕ ਅਦਾਲਤ ਤੋਂ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਹੈ। ਉਹਨਾਂ ਨੇ ਕਿਹਾ ਦੋਵੇਂ ਦੋਸ਼ੀ ਕੋਲਾਪੁਰ ਅਤੇ ਪਾਲਕਾਰ ਦੇ ਨਾਲ ਸੋਪਾਰਾ ਦੇ ਰਹਿਣ ਵਾਲੇ ਹਨ। ਉਹ ਖਾਰੀ ਦੇਸ਼ 'ਚ 1 ਸਾਲ ਕੰਮ ਕਰਨ ਤੋਂ ਬਾਅਦ ਪਰਤ ਰਹਿ ਸਨ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਦੋਸ਼ੀ ਵਿਦੇਸ਼ ਪਰਤਨ ਦੀ ਖੁਸ਼ੀ ਚ ਸ਼ਰਾਬ ਪੀ ਰਹੇ ਸਨ ਉਹਨਾਂ ਨੇ ਕਿਹਾ ਜਦੋਂ ਹੋਰ ਯਾਤਰੀਆਂ ਨੇ ਉਹਨਾਂ ਤੇ ਹੰਗਾਮਾ ਕਰਨ ਤੇ ਇਤਰਾਜ਼ ਜਤਾਇਆ ਤਾਂ ਉਹਨਾਂ ਨੇ ਉਹਨਾਂ ਅਤੇ ਵਿਚ ਬਚਾ ਕਰਨ ਵਾਲੇ ਡਰਾਈਵਰ ਦਲ ਦੇ ਮੈਂਬਰਾਂ ਨੂੰ ਇਤਰਾਜ਼ਯੋਗ ਸ਼ਬਦ ਆਖੇ ਸਹਾਰthਾਨੇ ਦੇ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੇ ਖਿਲਾਫ ਭਾਰਤੀ ਦੰਡ ਸਹਿਿੱਤਾ ਦੀ ਧਾਰਾ 336 ਜਿਹੜੀ ਹੈ ਅਤੇ ਹਵਾਵਾਜ਼ੀ ਨਿਯਮਾਂ ਨਾਲ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਜਹਾਜ਼ 'ਚ ਕਿਸੇ ਯਾਤਰੀ ਦੇ ਅਨੁਚਿਤ ਵਿਵਹਾਰ ਕਰਨ ਦੀ ਇਸ ਸਾਲ ਸਤਵੀਂ ਘਟਨਾ ਹੈ ਇਸ ਤੋਂ ਪਹਿਲਾਂ 11 ਮਾਰਚ ਨੂੰ ਇੱਕ ਵਿਅਕਤੀ ਨੂੰ ਲੰਡਨ ਤੋਂ ਮੁੰਬਈ ਆ ਰਹੇ ਜਹਾਜ਼ ਦੇ ਪਖਾਨੇ ਦੇ ਵਿੱਚ ਸਿਗਰਟ ਨੋਸ਼ੀਕਰਨ ਅਤੇ ਉਸ ਦੇ ਐਮਰਜੈਂਸੀ ਨਿਕਾਸ ਨੂੰ ਖੋਲਣ ਦੀ ਕੋਸ਼ਿਸ਼ ਕਰਨ ਤੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਭਾਰਤ ਦੁਨੀਆ ਦੇ ਵਿੱਚ ਟੈਲੀਕਮ ਟੈਕਨੋਲੋਜੀ ਦਾ ਵੱਡਾ ਐਕਸਪੋਰਟਰ ਹੋਣ ਦੀ ਦਿਸ਼ਾ ਦੇ ਵਿੱਚ ਅੱਗੇ ਵਧ ਰਿਹਾ ਹੈ 5G ਦੀ ਮਦਦ ਨਾਲ ਪੂਰੀ ਦੁਨੀਆ ਦਾ ਵਰਕ ਕਲਚਰ ਬਦਲਣ ਨੇ ਭਾਰਤ ਲਈ ਕਈ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ 5G ਦੇ ਸ਼ੁਰੂ ਹੋਣ ਤੋਂ 6 ਮਹੀਨੇ ਵਿੱਚ ਹੀ ਅਸੀਂ 6G ਟੈਕਨੋਲੋਜੀ ਬਾਰੇ ਗੱਲ ਕਰ ਰਹੇ ਹਾਂ ਇਹ ਭਾਰਤ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਅੱਜ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਵੀ ਸਾਹਮਣੇ ਰੱਖਿਆ ਇਹ ਅਗਲੇ ਕੁਝ ਸਾਲਾਂ ਦੇ ਵਿੱਚ 6G ਰੋਲ ਆਊਟ ਕਰਨ ਦਾ ਵੱਡਾ ਧਾਰ ਬਣੇਗਾ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਵਿਗਿਆਨ ਪਵੰਦ ਵਿੱਚ ਆਯੋਜਿਤ ਭਾਰਤ ਵਿੱਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦੇ ਨਵੇਂ ਖੇਤਰੀ ਦਫ਼ਤਰ ਦੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਦੇ ਹੋਏ ਗਈ ਇਵੈਂਟ ਦੌਰਾਨ 6G ਟੈਸਟਿੰਗ ਨੂੰ ਵੀ ਲਾਂਚ ਕੀਤਾ ਗਿਆ ਇਸ ਨਾਲ ਹੁਣ ਦੇਸ਼ ਦੇ ਵਿੱਚ ਜਲਦ ਹੀ 6G ਸਰਵਿਸ ਦੀ ਵੀ ਸ਼ੁਰੂਆਤ ਹੋਵੇਗੀ ਪੀਐਮ ਮੋਦੀ ਨੇ ਕਿਹਾ ਕਿ ਟੈਲੀਕਮ ਟੈਕਨਿਕ ਸਿਰਫ ਤਾਕਤ ਦਿਖਾਉਣ ਦਾ ਤਰੀਕਾ ਨਹੀਂ ਸਗੋ ਇਹ ਲੋਕਾਂ ਨੂੰ ਮਜ਼ਬੂਤ ਬਣਾਉਣ ਦਾ ਮਿਸ਼ਨ ਹੈ ਭਾਰਤ ਦੇ ਵਿੱਚ 125 ਸ਼ਹਿਰਾਂ ਦੇ ਵਿੱਚ 5G ਕਨੈਕਸ਼ਨ ਸ਼ੁਰੂ ਹੋ ਗਏ ਹਨ ਸੋ 5G ਲੈਬ ਦੇਸ਼ ਭਰ ਦੇ ਵਿੱਚ ਬਣਾਏ ਜਾਣਗੇ ਉਹਨਾਂ ਨੇ ਕਿਹਾ ਕਿ ਹੁਣ ਭਾਰਤ ਦੇ ਪਿੰਡਾਂ ਦੇ ਵਿੱਚ ਇੰਟਰਨੈਟ ਯੂਜ਼ਰਸ ਦੀ ਗਿਣਤੀ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਇੰਟਰਨੈਟ ਯੂਜ਼ਰ ਤੋਂ ਵੀ ਵੱਧ ਹੋ ਗਈ ਹੈ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਡਿਜੀਟਲ ਪਾਵਰ ਕਿਵੇਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਰਹੀ ਹੈ ਦੇਸ਼ ਦੇ ਵਿੱਚ ਬਣ ਰਹੇ ਹਰ ਤਰ੍ਹਾਂ ਦੇ ਇਨਫਰਾਸਟ੍ਰਕਚਰ ਨਾਲ ਜੁੜੇ ਡਾਟਾ ਲੇਅਰਸ ਨੂੰ ਇੱਕ ਪਲੇਟਫਾਰਮ ਦੇ ਲਿਆਂਦਾ ਜਾ ਰਿਹਾ ਹੈ ਟਾਰਗੇਟ ਇਹ ਹੀ ਹੈ ਕਿ ਇਨਫਰਾਸਟ੍ਰਕਚਰ ਦੇ ਵਿਕਾਸ ਨਾਲ ਜੁੜੇ ਹਰ ਸਰੋਤ ਦੀ ਜਾਣਕਾਰੀ ਇੱਕ ਥਾਂ ਤੇ ਹੋਵੇ ਹਰ ਸਟੋਕਹੋਲਡਰ ਕੋਲ ਰੀਅਲ ਟਾਈਮ ਇਨਫੋਰਮੇਸ਼ਨ ਹੋਵੇ ਅੱਜ ਦਾ ਭਾਰਤ ਡਿਜੀਟਲ ਰੈਵੋਲੂਸ਼ਨ ਦੇ ਅਗਲੇ ਕਦਮ ਵੱਲ ਤੇਜ਼ੀ ਦੇ ਨਾਲ ਵਧ ਰਿਹਾ ਹੈ ਅੱਜ ਭਾਰਤ ਦੁਨੀਆ ਦੇ ਵਿੱਚ ਸਭ ਤੋਂ ਤੇਜ਼ੀ ਨਾਲ 5G ਰੋਲ ਆਊਟ ਕਰਨ ਵਾਲਾ ਦੇਸ਼ ਹੈ ਸਿਰਫ 120 ਦਿਨਾਂ ਦੇ ਵਿੱਚ ਹੀ 125 ਤੋਂ ਵੱਧ ਸ਼ਹਿਰਾਂ ਦੇ ਵਿੱਚ 5G ਰੋਲ ਆਊਟ ਹੋ ਚੁੱਕਾ ਹੈ ਦੇਸ਼ ਦੇ ਲਗਭਗ 350 ਜ਼ਿਲ੍ਹਿਆਂ ਦੇ ਵਿੱਚ 5G ਸਰਵਿਸ ਪਹੁੰਚ ਗਈ ਹੈ ਰਾਜਾਨੀ ਦਿੱਲੀ ਦੇ ਵਿੱਚ ਬੁੱਧਵਾਰ ਸ਼ਾਮ ਕਰੀਬ 4:42 ਮਿੰਟ ਤੇ ਇੱਕ ਵਾਰ ਫਿਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ 'ਚ ਲਗਾਤਾਰ ਦੂਜੇ ਦਿਨ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਗਿਆ ਕਿ ਮੰਗਲਵਾਰ ਰਾਤ 10:30 ਵਜੇ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸੀ। ਮੰਗਲਵਾਰ ਨੂੰ ਇਹ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ। ਪੁਚਾਲ ਵਿਗਿਆਨ ਨਿਰਾਸ਼ਟ ਕੇਂਦਰ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਵਿੱਚ ਪੁਚਾਲ ਦੀ ਤੀਬਰਤਾ 6.6 ਵਾਪੀ ਗਈ ਹੈ। ਪੁਚਾਲ ਦਾ ਕੇਂਦਰ ਫੇਜ਼ਾਬਾਦ ਤੋਂ 133 ਕਿਲੋਮੀਟਰ ਦੱਖਣ ਪੂਰਬ ਵਿੱਚ ਹਿੰਦੂ ਕੁਸ਼ ਖੇਤਰ ਦੇ ਵਿੱਚ ਸੀ ਪੁਚਾਲ ਦਾ ਕੇਂਦਰ 156 ਕਿਲੋਮੀਟਰ ਦੀ ਡੂੰਘਾਈ ਤੇ ਸੀ ਭਾਰਤ ਇਲਾਵਾ ਕਜ਼ਾਕਿਸਤਾਨ ਪਾਕਿਸਤਾਨ ਤੇ ਜਾਕਿਸਤਾਨ ਉਜ਼ਬੇਕਿਸਤਾਨ ਚੀਨ ਅਫਗਾਨਿਸਤਾਨ ਅਤੇ ਕਿਰਗਿਸਤਾਨ ਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭਾਰਤ ਵਿੱਚ ਦਿੱਲੀ ਐਨਸੀਆਰ ਤੋਂ ਇਲਾਵਾ ਹਰਿਆਣਾ ਉੱਤਰ ਪ੍ਰਦੇਸ਼ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਉੱਤਰਾਖੰਡ ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸੀ ਪਤਾ ਲੱਗਦਾ ਹੈ ਕਿ ਲੋਕ ਘਰਾਂ ਤੋਂ ਬਾਹਰ ਆ ਗਏ ਸੀ ਪੁਚਾਲ ਦੇ ਹੋਰ ਝਟਕਿਆਂ ਦੇ ਡਰ ਕਾਰਨ ਕਈ ਲੋਕ ਦੇਰ ਰਾਤ ਤੱਕ ਘਰਾਂ ਦੇ ਬਾਹਰ ਖੁੱਲੇ ਦੇ ਵਿੱਚ ਹੀ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦੀ ਦਿਹਾੜੇ ਮੌਕੇ ਪਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਪਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਕੁਰਬਾਨੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਇਹ ਉਹ ਮਹਾਨ ਵਿਅਕਤੀ ਹਨ ਜਿਨ੍ਹਾਂ ਨੇ ਸਾਡੀ ਆਜ਼ਾਦੀ ਸੰਗਰਸ਼ ਦੇ ਵਿੱਚ ਬੇਮਿਸਾਲ ਯੋਗਦਾਨ ਪਾਇਆ। ਜ਼ਿਕਰ ਯੋਗ ਹੈ ਕਿ ਪਗਲ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਲਾਹੌਰ ਸਾਜ਼ਿਸ਼ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਸੁਣਾਇਆ ਜਾਣ ਮਗਰੋਂ ਅੱਜ ਦੇ ਦਿਨ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਦੇ ਲਟਕਾ ਦਿੱਤਾ ਗਿਆ ਸੀ। ਦੇਸ਼ ਦੇ ਇਤਿਹਾਸ ਵਿੱਚ 23 ਮਾਰਚ ਦਾ ਤਾਰੀਖ ਬਹੁਤ ਹੀ ਮੱਤਵ ਰੱਖਦੀ ਹੈ। ਅੱਜ ਦੇ ਦਿਨ ਪਗਲ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਦਰਅਸਲ ਪਾਰਾ ਦੇ ਆਜ਼ਾਦੀ ਅੰਦੋਲਨ ਦੇ ਵਿੱਚ ਇਨ੍ਹਾਂ ਤਿੰਨੋਂ ਸੂਰਵੀਰਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅੰਗਰੇਜ਼ੀ ਹਕੂਮਤ ਵੱਲੋਂ ਇਨ੍ਹਾਂ ਮਹਾਨ ਯੋਧਿਆਂ ਨੂੰ ਫਾਂਸੀ ਦੇ ਲਟਕਾ ਦਿੱਤਾ ਗਿਆ ਸੀ। ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਨਲੀ 3 ਮਾਰਚ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਨਵੀਂ ਦਿੱਲੀ ਦੇ ਰਾਸ਼ਟਰਪਤੀ ਪਵਨ ਵਿਕੇ ਬੁੱਧਵਾਰ ਨੂੰ 106 ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਹ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਪਦਮ ਪੁਰਸਕਾਰਾਂ ਵਿੱਚੋਂ 6 ਪਦਮ ਵਿਭੂਸ਼ਣ, 9 ਪਦਮ ਪੂਸ਼ਨ ਅਤੇ 99 ਪਦਮ ਸ੍ਰੀ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ 19 ਔਰਤਾਂ ਹਨ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਲੋਕ ਸਭਾ ਸਪੀਕਰ ਓਮ ਬਿਰਲਾ ਕੇਂਦਰੀ ਮੰਤਰੀ ਭੁਪਿੰਦਰ ਸਿੰਘ ਯਾਦਵ ਸਮੇਤ ਕਈ ਲੋਕ ਮੌਜੂਦ ਸਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਹਿਲਾ ਸਨਮਾਨ ਆਰਕੀਟੈਕ ਬਾਲਕ੍ਰਿਸ਼ਨ ਦੋਸ਼ੀ ਨੂੰ ਦਿੱਤਾ ਉਹਨਾਂ ਦੀ ਧੀ ਨੇ ਪਿਤਾ ਨੂੰ ਦਿੱਤਾ ਪਦਮ ਵਿਪੂਸ਼ਕ ਪੁਰਸਕਾਰ ਪ੍ਰਾਪਤ ਕੀਤਾ ਇਸ ਤੋਂ ਬਾਅਦ ਵਪਾਰੀ ਕੁਮਾਰ ਮੰਗਲਮ ਬਿਰਲਾ ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਦੇ ਵਿੱਚ ਪਾਏ ਯੋਗਦਾਨ ਲਈ ਪਦਮ ਪੁਸ਼ਣ ਨਾਲ ਸਨਮਾਨਿਤ ਕੀਤਾ ਗਿਆ ਕੁਮਾਰ ਮੰਗਲਮ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੇ ਬਿਰਲਾ ਪਰਿਵਾਰ ਦੇ ਚੌਥੇ ਵਿਅਕਤੀ ਬਣ ਗਏ ਹਨ ਡਾਕਟਰ ਰਵਿੰਦਰ ਕੁਮਾਰ ਨੇ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ ਡਾਕਟਰ ਪ੍ਰਭਕਰ ਪਾਨੁਦਾਸ ਮੰਡੇ ਨੂੰ ਸਾਹਿਤ ਅਤੇ ਸਿੱਖਿਆ ਦੇ ਵਿੱਚ ਪਾਏ ਯੋਗਦਾਨ ਦੇ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਪਦਮ ਸ਼੍ਰੀ ਮਿਲਣ ਤੋਂ ਪਹਿਲਾਂ ਹੀਰਾਬਾਈ ਬੇ ਨੇ ਪੀਐਮ ਮੋਦੀ ਦਾ ਤਨਵਾਦ ਕੀਤਾ ਉਹਨਾਂ ਨੂੰ ਇਹ ਸਨਮਾਨ ਸਮਾਜ ਸੇਵਾ ਲਈ ਦਿੱਤਾ ਗਿਆ ਸੁਮਨ ਕਲਿਆਣਪੁਰ ਨੂੰ ਪਦਮ ਪੁਸ਼ਨ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਾਸ਼ਾ ਵਿਗਿਆਨ ਦੇ ਮਸ਼ਹੂਰ ਪ੍ਰੋਫੈਸਰ ਕਪਿਲ ਕਪੂਰ ਨੂੰ ਪਦਮ ਪੁਸ਼ਨ ਦੇ ਨਾਲ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਿਆਂ ਨੂੰ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਖਾਲਿਸਤਾਨ ਦੀ ਮੰਕਰਨ ਵਾਲਾ ਅਮਰਿਤਪਾਲ ਕੀ ਮਹਾਰਾਸ਼ਟਰ ਦੇ ਡਰੱਗਸ ਸਮਗੱਲਰਾਂ ਦੀ ਸ਼ਰਨ ਦੇ ਵਿੱਚ ਪੁੱਜ ਚੁੱਕਾ ਹੈ ਅਮਰਿਤਪਾਲ ਦੇ ਰਿਸ਼ਤੇ ਅਤੇ ਉਸ ਦੇ ਨੈਟਵਰਕ ਤੋਂ ਖੁਫੀ ਆਸੂਤਰਾ ਨੇ ਕੁਝ ਅਜਿਹੇ ਹੀ ਲਿੰਕ ਮਿਲ ਰਹੇ ਹਨ ਸੂਤਰ ਮੁਤਾਬਕ ਅਮਰਿਤਪਾਲ ਆਈਐਸਆਈ ਹੈਂਡਲਰ ਰਾਹੀਂ ਮਹਾਰਾਸ਼ਟਰ ਦੀ ਸਰਹੱਦ ਤੇ ਪਹੁੰਚਿਆ ਹੈ ਜਿੱਥੇ ਉਹ ਪਾਕਿਸਤਾਨ ਦੇ ਇਸ਼ਾਰੇ ਤੇ ਦੇਸ਼ ਦੇ ਵਿੱਚ ਨਸ਼ੇ ਦਾ ਤੰδαਕਰਨ ਕਰਨ ਵਾਲਿਆਂ ਦਰਮਿਆਨ ਖੁਦ ਨੂੰ ਸੁਰੱਖਿਤ ਮੰਨ ਰਿਹਾ ਹੈ ਸੂਤਰਾਂ ਦੀ ਮਨਿਆਤਾ ਮਹਾਰਾਸ਼ਟਰ ਦੇ ਡਰੱਗਸ ਸਮਗਲਰਾਂ ਦਰਮਿਆਨ ਸੇਫ ਹਾਊਸ ਵਾਂਗ ਪਹੁੰਚਾਉਣ ਵਿੱਚ ਅਮਰਿਤਪਾਲ ਦੀ ਮਦਦ ਆਈਐਸਆਈ ਦੇ ਹੈਂਡਲਰ ਹਰਵਿੰਦਰ ਸਿੰਘ ਰਿੰਦਾ ਨੇ ਉਸ ਦੇ ਗੁਰਗਿਆ ਨੇ ਕੀਤੀ ਹੈ ਖੋਫੀਆ ਏਜੰਸੀਆਂ ਨੇ ਮਹਾਰਾਸ਼ਟਰ ਦੇ ਨਾਂਂਦੇੜ ਤੋਂ ਲੈ ਕੇ ਮੁੰਬਈ ਤੱਕ ਆਪਣਾ ਨੈੱਟਵਰਕ ਵਿਛਾ ਦਿੱਤਾ ਹੈ। ਅੰਮ੍ਰਿਤਪਾਲ ਦੇ ਪੰਜਾਬ ਤੋਂ ਨਿਕਲ ਕੇ ਮਹਾਰਾਸ਼ਟਰ ਵੱਲ ਪਰਜੰਦੇ ਪਿੱਛੇ ਤਰਕ ਦਿੰਦੇ ਹੋਏ ਖੋਫੀਆ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਤਵਾਦੀ ਰਿੰਦਾ ਨਾਲ ਅੰਮ੍ਰਿਤਪਾਲ ਦੇ ਰਿਸ਼ਤੇ ਹਨ ਅਤੇ ਰਿੰਦਾ ਦਾ ਨੈੱਟਵਰਕ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਜ਼ਬਰਦਸਤ ਤਰੀਕੇ ਦੇ ਨਾਲ ਫੈਲਿਆ ਹੋਇਆ ਹੈ। ਉਹ ਜਿਹੜੇ ਡਰੱਗਸ ਦੀ ਸਮਗਲਿੰਗ ਵਿੱਚ ਮਹਾਰਾਸ਼ਟਰ ਦੇ ਵੱਡੇ ਸਮਗਲਰਾਂ ਨਾਲ ਮਿਲ ਕੇ ਰਿੰਦਾ ਆਪਣਾ ਨਜਾਇਜ਼ ਕਾਰੋਬਾਰ ਵਧਾਉਣ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਫਿਰਾਕਤ ਵਿੱਚ ਲੱਗਾ ਰਹਿੰਦਾ ਹੈ। ਉਸਨੇ ਆਪਣੇ ਇਸ ਨੈੱਟਵਰਕ ਦਾ ਸਹਾਰਾ ਲੈ ਕੇ ਪਹਿਲਾ ਅਮਰਿਤਪਾਲ ਨਾਲ ਨੇੜਤਾ ਬਧਾਈ ਅਤੇ ਅਜਿਹੇ ਮੌਕੇ ਤੇ ਉਸ ਦਾ ਲਾਭ ਉਠਾਉਣ ਦੀ ਵੀ ਪੂਰੀ ਯੋਜਨਾ ਵੀ ਬਣਾਈ। ਮਹਾਰਾਸ਼ਟਰ ਦੇ ਵਿੱਚ ਰਿੰਦਾ ਨੇ ਪੂਰੇ ਨੈੱਟਵਰਕ ਤੇ ਜਾਂਚ ਏਜੰਸੀਆਂ ਦੀ ਨਜ਼ਰਾਂ ਹਨ। ਨੰਦੇੜ ਸਾਹਿਬ ਵਿੱਚ ਪੂਰੇ ਖੁਫੀਆ ਨੈੱਟਵਰਕ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਰਹਿਣ ਵਾਲੇ ਰਿੰਦਾ ਦਾ ਪੂਰਾ ਪਰਿਵਾਰ ਨੰਦੇੜ ਦੇ ਵਿੱਚ ਰਹਿੰਦਾ ਹੈ। ਅਜਿਹੇ ਦੇ ਵਿੱਚ ਸ਼ੱਕ ਦੀ ਸੂਈ ਪਾਕਿਸਤਾਨ ਵਿੱਚ ਰਹਿ ਰਹੇ ਰਿੰਦਾ ਅਤੇ ਉਸ ਦੇ ਮਹਾਰਾਸ਼ਟਰ ਨੈੱਟਵਰਕ ਵੱਲ ਕੁਮ ਰਹੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਆਧਾਰਾਂ ਮੁਤਾਬਿਕ ਅਮਰਿਤਪਾਲ ਨੂੰ ਲੱਭਣ ਦੇ ਲਈ ਹਰ ਉਸ ਥਾਂ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿੱਥੇ ਉਸ ਦੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਨਸ਼ੇ ਦੇ ਵਪਾਰ ਨਾਲ ਜੁੜੇ ਲੋਕਾਂ ਤੇ ਨੰਦੇੜ ਸਾਹਿਬ ਵਿੱਚ ਰਿੰਦਾ ਦੇ ਪਰਿਵਾਰ ਅਤੇ ਉਸ ਨਾਲ ਸਬੰਧ ਰੱਖਣ ਵਾਲੇ ਲੋਕਾਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਕਾਲੀਸਾਨ ਸਮਰਥਕ ਤੇ ਵਖਵਾਦੀ ਪਗੋੜੇ ਅਮਰਿਤਪਾਲ ਸਿੰਘ ਤੇ ਉਸ ਦੀ ਪਤਨੀ ਕਿਰਨਦੀਪ ਕੋਰ ਦੇ ਬਬਰ ਖਾਲਸਾ ਇੰਟਰਨੈਸ਼ਨਲ ਬੀਕੇਆਈ ਨਾਲ ਸੰਬੰਧਾਂ ਦੀ ਸੁਰੱਖਿਆ ਏਜੰਸੀਆਂ ਨੇ ਜਾਣ ਸ਼ੁਰੂ ਕਰ ਦਿੱਤੀ ਹੈ ਪੁਲਿਸ ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਨੂੰ ਮਿਲੇ ਇਨਪੁਟ ਤੋਂ ਪਤਾ ਲੱਗ ਗਿਆ ਹੈ ਕਿ ਬੀਤੇ ਦਿਨ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੰਗਾਮਾ ਕਰਕੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਦੇ ਵਿੱਚ ਬਰਤਾਨੀਆ ਪੁਲਿਸ ਨੇ ਖਾਲੀਸਾਨ ਸਮਰਥਕ ਅਵਤਾਰ ਸਿੰਘ ਖੰਡਾ ਨੂੰ ਗ੍ਰਿਫਤਾਰ ਕੀਤਾ ਹੈ ਖੰਡਾ ਬਾਰੇ ਇਹ ਜਾਣਕਾਰੀ ਸਾਹਮਣੇ ਆਈਆਂ ਹਨ ਕਿ ਉਹ ਅਤਵਾਦੀ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ ਤੇ ਉਸ ਨੇ ਵੀ ਅਮਰਿਤਪਾਲ ਨੂੰ ਆਈਐਸਆਈ ਤੋਂ ਟ੍ਰੇਨਿੰਗ ਦਵਾਈ ਸੀ ਕਿਉਂਕਿ ਅਮਰਿਤਪਾਲ ਦਾ ਵਿਆਹ ਇੰਗਲੈਂਡ ਤੋਂ ਪ੍ਰਤੀ ਕਿਰਨਦੀਪ ਕੋਰ ਦੇ ਨਾਲ ਹੋਇਆ ਹੈ ਇਸ ਲਈ ਏਜੰਸੀਆਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਉਸ ਦੀ ਪਤਨੀ ਦੇਵੀ ਖੰਡਾ ਦੇ ਨਾਲ ਬੀਕੇਆਈ ਨਾਲ ਸੰਬੰਧ ਹੋ ਸਕਤੇ ਹਨ ਜਿਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀਆਂ ਐਂਟਰਟੇਨਮੈਂਟ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਕਈ ਅਜਿਹੇ ਵੀਡੀਓ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਅਵਤਾਰ ਸਿੰਘ ਖੰਡਾ ਨੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਗੱਲ ਕਹਿ ਰਿਹਾ ਸੀ ਹੁਣ ਤੂੰ ਤੱਕ ਦੀ ਜਾਣ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਅਫਤਾਰ ਸਿੰਘ ਖੰਡਾ ਨੇ ਵੀ ਅੰਮ੍ਰਿਤਪਾਲ ਨੂੰ ਪੰਜਾਬ ਆਉਣ ਲਈ ਨਾ ਸਿਰਫ ਤਿਆਰ ਕੀਤਾ ਬਲਕਿ ਉਸ ਨੂੰ ਵਾਰਿਸ ਪੰਜਾਬ ਦੇ ਸੰਗਠਨ ਦਾ ਮੁਖੀ ਬਣਾਉਣ ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਅੰਮ੍ਰਿਤਪਾਲ ਨੂੰ ਦੱਸਿਆ ਸੀ ਕਿ ਅੱਗੇ ਕੀ ਕਰਨਾ ਹੈ ਕਿਉਂਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਵਿਦੇਸ਼ ਤੋਂ ਫੰਡਿੰਗ ਹੋਈ ਹੈ ਤੇ ਹਵਾਲੇ ਜਰੀਏ ਵੀ ਪੈਸਾ ਮਿਲਿਆ ਹੈ। ਇਸ ਲਈ ਹੁਣ ਪੁਲਿਸ ਨੇ ਅਮਰਿਤਪਾਲ ਦੇ ਪਰਿਵਾਰ ਤੇ ਉਸ ਦੇ ਚਾਚੇ ਹਰਜੀਤ ਸਿੰਘ ਦੇ ਬੈਂਕ ਖਾਤਿਆਂ ਦੀ ਡਿਟੇਲ ਵੀ ਮੰਗ ਲਈ ਹੈ ਅਮਰਿਤਪਾਲ ਦੇ ਹੋਰ ਕਰੀਬੀਆਂ ਦੇ ਬੈਂਕ ਖਾਤਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਦੋਵਾਂ ਨੂੰ ਕਿਵੇਂ ਕਿੰਨਾ ਕਿੰਨਾ ਦੇਸ਼ਾਂ ਤੋਂ ਫੰਡ ਟਰਾਂਸਫਰ ਹੋਏ ਹਨ ਸਾਲ 2019 ਦੇ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਮੋਦੀ ਗੋਤ ਵਾਲੀ ਟਿੱਪਣੀ ਕਾਰਨ ਦਾਇਰ ਅਪਰਾਧਿਕ ਮਾਨਹਾਨੀ ਦੇ ਕੇਸ ਦੇ ਵਿੱਚ ਸੂਰਤ ਦੀ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਘਰਾਣ ਦਿੰਦਿਆ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਰਾਹੁਲ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਵੀ ਮਿਲ ਗਈ ਹੈ ਤੇ ਅਦਾਲਤ ਨੇ ਸਜ਼ਾ ਤੇ 30 ਦਿਨ ਲਈ ਰੋਕ ਲਗਾ ਦਿੱਤੀ ਹੈ। ਸਜ਼ਾ ਸੁਣਾਈ ਜਾਣ ਸਮੇਂ ਰਾਹੁਲ ਗਾਂਧੀ ਅਦਾਲਤ 'ਚ ਹਾਜ਼ਰ ਸਨ। ਇਹ ਮਾਮਲਾ ਰਾਹੁਲ ਗਾਂਧੀ ਦੀ ਉਸ ਟਿੱਪਣੀ ਲਈ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਇਕਤਿ ਤੌਰ ਤੇ ਕਿਹਾ ਸੀ ਸਾਰੇ ਚੋਰਾ ਦਾ ਗੋਤ ਮੋਦੀ ਕਿਉ ਹੈ। ਵਾਜਬਾ ਨੇਤਾ ਅਤੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੁਰਨੇਸ਼ ਮੋਦੀ ਨੇ ਇਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਭਾਰਤੀ ਰੇਲਵੇ ਨੇ ਟ੍ਰੇਨ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਰੇਲਵੇ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ AC3 TR ਇਕਨੋਮੀ ਕਲਾਸ ਟਿਕਟ ਦੀ ਕਿਰਾਇਆ ਕਟਾ ਦਿੰਦਾ ਹੈ ਹੁਣ ਯਾਤਰੀ ਘੱਟ ਪੈਸੇ ਖਰਚ ਕਰਕੇ AC3 TIER ਇਕਨੋਮੀ ਕਲਾਸ ਦਾ ਆਨੰਦ ਲੈ ਸਕਣਗੇ ਹੁਣ ਇੱਕ ਯਾਤਰੀ ਨੂੰ AC3 TIER ਦੇ ਮੁਕਾਬਲੇ ਇਕਨੋਮੀ ਕਲਾਸ ਦੇ ਵਿੱਚ 60-70 ਰੁਪਏ ਕੱਟ ਦੇਣੇ ਪੈਣਗੇ ਇਹ ਹੁਕਮ ਜਾਰੀ ਕਰਦੇ ਹੋਏ ਰੇਲਵੇ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ ਅੱਜ ਤੋਂ ਬਾਅਦ ਦੀ ਤਾਰੀਖ ਲਈ ਪਹਿਲਾਂ ਹੀ ਆਨਲਾਈਨ ਜਾਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ ਉਹਨਾਂ ਨੂੰ ਨਵੀਂ ਦਰਾਂ ਅਨੁਸਾਰ ਪੈਸਾ ਵਾਪਸ ਕਰ ਦਿੱਤਾ ਜਾਏਗਾ ਹਾਲਾਂਕਿ ਜਿਨ੍ਹਾਂ ਯਾਤਰੀਆਂ ਨੇ ਕਾਊਂਟਰ ਰਾਹੀਂ ਆਫਲਾਈਨ ਟਿਕਟਾਂ ਬੁੱਕ ਕੀਤੀਆਂ ਹਨ ਉਹਨਾਂ ਨੂੰ ਬਕਾਇਆ ਰਕਮ ਵਾਪਸ ਲੈ ਲਈ ਟਿਕਟਾ ਦੇ ਨਾਲ ਦੁਬਾਰਾ ਬੁਕਿੰਗ ਕਾਊਂਟਰ ਤੇ ਜਾਣਾ ਪਵੇਗਾ ਦੱਸਿਆ ਕਿ ਜਦੋਂ ਰੇਲਵੇ ਨੇ AC3 ਇਕਨੋਮੀ ਕੋਚ ਦੀ ਸ਼ੁਰੂਆਤ ਕੀਤੀ ਸੀ ਤਾਂ ਯਾਤਰੀਆਂ ਨੂੰ ਚਾਦਰਾਂ ਤੇ ਕੰਬਲ ਨਹੀਂ ਦਿੱਤੇ ਗਏ ਸਨ ਪਰ ਇਸ ਕਲਾਸ ਨੂੰ AC3 TR ਨਾਲ ਮਿਲਾਉਣ ਤੋਂ ਬਾਅਦ ਕਿਰਾਇਆ ਬਰਾਬਰ ਕਰ ਦਿੱਤਾ ਗਿਆ ਇਸ ਕਾਰਨ AC3 TR ਇਕਨੋਮੀ ਕੋਚਾਂ ਦੇ ਵਿੱਚ ਚਾਦਰਾਂ ਤੇ ਕੰਬਲ ਵੀ ਦਿੱਤੇ ਗਏ ਹਨ ਹੁਣ ਰੇਲਵੇ ਨੇ ਪੁਰਾਣੀ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦਿੱਤਾ ਹੈ ਪਰ ਚਾਦਰਾਂ ਤੇ ਕੰਬਲ ਦੇਣ ਦੀ ਪ੍ਰਣਾਲੀ ਨੂੰ ਵਾਪਸ ਨਹੀਂ ਲਿਆ ਗਿਆ ਰੇਲਵੇ ਅਧਿਕਾਰੀਆਂ ਮੁਤਾਬਕ ਆਮ ਤੌਰ 'ਤੇ AC ਕੋਚ ਵਿੱਚ 72 ਸੀਟਾਂ ਹੁੰਦੀਆਂ ਜਦਕਿ AC3 TR ਇਕਨੋਮੀ ਦੇ ਵਿੱਚ 80 ਸੀਟਾਂ ਹੁੰਦੀਆਂ ਹਨ ਅਜਿਹਾ ਇਸ ਲਈ ਹੁੰਦਾ ਹੈ ਕਿ ਕਿਉਂਕਿ AC ਆਰਥਿਕ ਕੋਚ ਵਿੱਚ ਸੀਟ ਦੀ ਚੌੜਾਈ ਆਮ ਥਰਡ AC ਕੋਚ ਦੇ ਮੁਕਾਬਲੇ ਥੋੜੀ ਘੱਟ ਹੁੰਦੀ ਹੈ ਦੱਸ ਦੇ ਕਿ ਆંકੜਿਆਂ ਦੇ ਅਨੁਸਾਰ ਰੇਲਵੇ ਨੇ ਆਪਣੀ ਸ਼ੁਰੂਆਤ ਦੇ ਪਹਿਲੇ ਸਾਲ AC3 TR ਇਕਨੋਮਿਕ ਕਲਾਸ ਤੋਂ 231 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਪ੍ਰੈਲ ਅਗਸਤ 2022 ਤੱਕ ਇੰਨਾ ਡੱਬਿਆਂ ਦੇ ਵਿੱਚ 15 ਲੱਖ ਲੋਕਾਂ ਨੇ ਸਫ਼ਰ ਕੀਤਾ ਜਿਸ ਨਾਲ ਰੇਲਵੇ ਨੂੰ 170 ਕਰੋੜ ਰੁਪਏ ਦੀ ਕਮਾਈ ਹੋਈ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਦਰਅਸਲ ਖੰਨਾ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਦੇ ਸਾਥੀ ਤੇ ਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੋਰਖਾ ਬਾਬਾ ਪਿੰਡ ਮੰਗੇਵਾਲ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਅਨੁਸਾਰ ਗੋਰਖਾ ਬਾਬਾ ਅਮ੍ਰਿਤਪਾਲ ਦੇ ਨਾਲ ਰਹਿੰਦਾ ਸੀ। ਇਸ ਤੋਂ ਇਲਾਵਾ ਗੋਰਖ ਬਾਬਾ ਅਜਨਾਲਾ ਮਾਮਲੇ ਦੇ ਵਿੱਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਗੋთა ਬਾਬਾ ਅਮ੍ਰਿਤਪਾਲ ਦਾ ਗਨਮੈਨ ਬਣ ਕੇ ਰਹਿੰਦਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਕਾਫੀ ਸਮੇਂ ਤੋਂ ਅਮ੍ਰਿਤਪਾਲ ਦੇ ਨਾਲ ਉਸ ਦਾ ਗਨਮੈਨ ਬਣ ਕੇ ਰਿਹਾ ਅਤੇ ਸੋਸ਼ਲ ਮੀਡੀਆ ਤੇ ਵੀ ਪੂਰੀ ਤਰ੍ਹਾਂ ਸਰਗਰਮ ਸੀ ਉਸ ਦੀਆਂ ਹਥਿਆਰਾਂ ਨਾਲ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਤੇਜਿੰਦਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਤੇਜਿੰਦਰ ਦੇ ਖਿਲਾਫ 107 ਅਤੇ 152 ਧਾਰਾ ਅਧੀਨ ਕਾਰਵਾਈ ਕੀਤੀ ਗਈ ਹੈ ਮਹਾਰਾਸ਼ਟਰ ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਟੈਕਸ ਯਾਨੀ ਕਿ ਜੀਐਸਟੀ ਦੇ ਤਿੰਨ ਇਨਸਪੈਕਟਰਾਂ ਨੂੰ ਵਿਭਾਗ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਵਿਭਾਗ ਨੇ ਅਖਬਾਰ ਦੇ ਵਿੱਚ ਵਿਗਿਆਪਨ ਜਾਰੀ ਕਰਕੇ ਫੇਕ ਛਾਪੇਮਾਰੀ ਦੇ ਵਿੱਚ ਸ਼ਾਮਲ ਅਫਸਰਾਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਨ ਅਫਸਰਾਂ ਦੇ ਫਰਜ਼ੀ ਛਾਪੇਮਾਰੀ ਜਰੀਏ ਇੱਕ ਵਪਾਰੀ ਤੋਂ 11 ਲੱਖ ਰੁਪਏ ਲੈਣ ਦਾ ਦੋਸ਼ ਸੀ। ਮਹਾਰਾਸ਼ਟਰ ਦੇ ਟੈਕਸ ਕਮਿਸ਼ਨਰ ਆਜੀਵ ਮਿੱਤਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਪ੍ਰਸ਼ਾਚਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਅਫਸਰਾਂ ਨੂੰ ਹਟਾਉਣ ਦੀ ਜਾਣਕਾਰੀ ਅਖਬਾਰ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਕਾਰਵਾਈ ਨੂੰ ਜਨਤਕ ਕਰਨ ਪਿੱਛੇ ਦਾ ਮਕਸਦ ਜੀਐਸਟੀ ਵਿਭਾਗ ਦੇ ਅਕਸ ਨੂੰ ਸਾਫ਼ ਰੱਖਣਾ ਹੈ ਰਿਪੋਰਟ ਮੁਤਾਬਿਕ 14 ਜੂਨ 2021 ਨੂੰ ਜੀਐਸਟੀ ਦੇ ਤਿੰਨ ਇੰਸਪੈਕਟਰ ਦੀ ਜితేਸ਼ ਵਸੀਕਰ ਬਸ਼ਿੰਦਰ ਕੰਗਨੇ ਅਤੇ ਪ੍ਰਕਾਸ਼ ਸ਼ੇਗਰ ਕਾਲ ਬਾਦਵੇ ਦੀ ਬਿਜ਼ਨਸਮੈਨ ਲਾਲਚੰਦ ਵਾਨੀ ਗੋਟਾ ਦੇ ਆਫਿਸ ਪਹੁੰਚੇ ਉਹਨਾਂ ਨੇ ਲਾਲਚੰਦ ਨੂੰ ਆਪਣਾ ਕਾਰਡ ਦਿਖਾਇਆ ਤੇ ਕਿਹਾ ਕਿ ਅਸੀਂ ਜੀਐਸਟੀ ਵਿਭਾਗ ਤੋਂ ਆਏ ਹਾਂ ਜਾਂਚ ਕਰਨੀ ਹੈ ਇਸ ਦੇ ਬਾਅਦ ਅਫਸਰਾ ਨੇ ਲਾਲਚੰਦ ਨੂੰ ਉਹਨਾਂ ਕੋਲ ਆਫਿਸ ਵਿੱਚ ਮੌਜੂਦ ਕੈਸ਼ ਟੇਬਲ ਤੇ ਰੱਖਣ ਨੂੰ ਕਿਹਾ ਇਸੇ ਤਰ੍ਹਾਂ ਉਹਨਾਂ ਨੇ ਆਫਿਸ ਸਟਾਫ ਨੂੰ ਕਿਹਾ ਕਿ 30 ਲੱਖ ਰੁਪਏ ਅਫਸਰਾ ਦੇ ਸਾਹਮਣੇ ਰੱਖ ਦਿੱਤੇ ਅਫਸਰਾ ਨੇ ਲਾਲਚੰਦ ਨੂੰ ਕਿਹਾ ਕਿ ਤੁਹਾਨੂੰ ਟੈਕਸ ਵਜੋਂ 11 ਲੱਖ ਰੁਪਏ ਦੇਣੇ ਹੋਣਗੇ ਅਧਿਕਾਰੀ 11 ਲੱਖ ਰੁਪਏ ਲੈ ਕੇ ਉੱਥੋਂ ਨਿਕਲ ਗਏ ਲਾਲਚੰਦ ਜਦੋਂ ਮੁੰਬਈ ਦੇ ਮੱਜਗਾਓਂ ਸਥਿਤ ਜੀਐਸਟੀ GST ਬੋਲੋ ਕੋਈ ਛਾਪੇ ਮਾਰੀ ਹੋਈ ਨਹੀਂ ਲਾਲਚੰਦ ਨੂੰ ਪਤਾ ਲੱਗ ਗਿਆ ਕਿ ਉਹਨਾਂ ਨਾਲ ਧੋਖੇ ਦਹੀ ਹੋਈ ਹੈ ਇਸ ਦੇ ਬਾਅਦ ਫੌਰਨ ਐਲਟੀ ਮਾਰਕ ਪੁਲਿਸ ਸਟੇਸ਼ਨ ਪਹੁੰਚੇ ਤੇ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਦੇ ਦਾਰ ਤੇ ਤਿੰਨਾ ਅਫਸਰਾ ਦੀ ਪਛਾਣ ਕਰਕੇ 17 ਸਤੰਬਰ 2021 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ GST ਦੇ ਵਿਭਾਗ ਜਾਂਚ ਪੂਰੀ ਹੋਣ ਤੇ ਬਾਅਦ ਉਹਨਾਂ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ IPL 2023 ਦੀ ਸ਼ੁਰੂਆਤ ਹੋਣ ਦੇ ਵਿੱਚ ਹੁਣ ਸਿਰਫ ਇੱਕ ਹਫ਼ਤੇ ਦਾ ਹੀ ਸਮਾਂ ਬਚਿਆ ਸਾਰੀਆਂ ਟੀਮਾਂ ਆਪਣੀਆਂ ਆਪਣੀਆਂ ਤਿਆਰੀਆਂ ਪੂਰੀ ਕਰਨ ਦੇ ਵਿੱਚ ਲੱਗੀਆਂ ਹੋਈਆਂ ਹਨ ਇਸੇ ਦਰਮਿਆਨ BCCI ਨੇ IPL ਦੇ ਵਿੱਚ ਅਹਿਮ ਬਦਲਾਅ ਕੀਤਾ ਹੁਣ ਤੱਕ ਟੋਸ ਤੋਂ ਪਹਿਲਾਂ ਹੀ ਮੈਦਾਨ ਦੇ ਵਿੱਚ ਉਤਰਵਾਲੀਆਂ ਦੋਵੇਂ ਟੀਮਾਂ ਨੂੰ ਆਪਣੇ ਪਲੇਇੰਗ 11 ਦੀ ਜਾਣਕਾਰੀ ਦੇਣੀ ਹੁੰਦੀ ਸੀ ਪਰ ਨਵੇਂ ਨਿਯਮ ਮੁਤਾਬਿਕ ਟੋਸ ਤੋਂ ਬਾਅਦ ਦੋਵੇਂ ਟੀਮਾਂ ਕੋਲ ਆਪਣੀ ਟੀਮ ਦੇ ਵਿੱਚ ਬਦਲਾਅ ਦੀ ਛੋਟ ਹੋਵੇਗੀ ਹੁਣ ਤਾਂ ਕਿ ਇਸਤੇਮਾਲ ਕੀਤਾ ਜਾ ਰਹੇ ਨਿਯਮ ਮੁਤਾਬਿਕ ਟੋਸ ਲਈ ਆਉਂਦੇ ਸਮੇਂ ਕਪਤਾਨ ਆਪਣੇ ਪਲੇਇੰਗ 11 ਦੀ ਲਿਸਟ ਲੈ ਕੇ ਆਉਂਦੇ ਹਨ ਇਹ ਲਿਸਟ ਅਧਿਕਾਰੀ ਬ੍ਰਾਡਕਾਸਟਰ ਨੂੰ ਦੇ ਦਿੱਤੀ ਜਾਂਦੀ ਹੈ ਕਲੋਜ਼ ਦੇ ਵਿੱਚ ਭਾਵੇਂ ਉਹ ਪਹਿਲਾਂ ਬੈਟਿੰਗ ਕਰਨ ਜਾਂ ਫੀਲਡਿੰਗ 11 ਮੈਂਬਰੀ ਟੀਮ ਦੇ ਵਿੱਚ ਬਦਲਾਅ ਦਾ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਸੀ ਪਰ ਹੁਣ ਕਪਤਾਨ ਟੋਸ ਸਮੇਂ ਦੋ ਸ਼ੀਟ ਲੈ ਕੇ ਆ ਸਕਦੇ ਹਨ ਟੋਸ ਜਿੱਤਨ ਦੇ ਹਾਰਨ ਦੀ ਸਥਿਤੀ ਦੇ ਵਿੱਚ ਉਹ ਆਪਣੀ ਲਿਸਟ ਵਿੱਚ ਬਦਲਾਅ ਕਰ ਸਕਦਾ ਹੈ ਬੀਸੀਸੀਆਈ ਵੱਲੋਂ ਦੋ ਛੋਟੇ-ਛੋਟੇ ਬਦਲਾਅ ਖੇਡਣ ਦੀ ਕੰਡੀਸ਼ਨ ਨੂੰ ਲੈ ਕੇ ਵੀ ਕੀਤੇ ਗਏ ਹਨ ਜੇਕਰ ਵਿਕਟ ਕੀਪਰ ਜਾਂ ਫਿਲਡਰ ਮੈਦਾਨ ਤੇ ਗਲਤ ਹਰਕਤ ਕਰਦਾ ਫੜਿਆ ਜਾਂਦਾ ਹੈ ਤਾਂ ਗੇਂਦ ਨੂੰ ਡੈੱਡ ਬਾਲ ਕਰਾ ਦਿੱੰਦੇ ਹੋਏ ਬੈਟਿੰਗ ਕਰ ਰਹੀ ਟੀਮ ਦੇ ਖਾਤੇ ਦੇ ਵਿੱਚ ਪੰਜ ਅੰਕ ਸਿੱਧੇ ਜੋੜ ਦਿੱਤੇ ਜਾਣਗੇ ਨਾਲ ਹੀ ਤੈਅ ਸਮੇਂ ਦੇ ਵਿੱਚ ਓਵਰ ਖਤਮ ਨਾ ਕਰਨ ਤੇ ਵੀ ਫੀਲਡਿੰਗ ਟੀਮ ਨੂੰ ਇਸ ਦਾ ਕੁਮਿਆਜਾ ਭੁਗਤਣਾ ਹੋਵੇਗਾ। ਹੁਰੂਨ ਗਲੋਬਲ ਰਿਚ ਲਿਸਟ 2023 ਜਾਰੀ ਕੀਤੀ ਗਈ ਹੈ। ਇਸ ਵਾਰ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕਲੋਤੇ ਭਾਰਤੀ ਅਰਪਤੀਆਂ ਦੇ ਤੌਰ ਤੇ ਚੋਟੀ ਦੇ 10 ਲੋਕਾਂ ਚ ਸ਼ਾਮਲ ਹੋਏ ਸਨ। ਇਸ ਨਾਲ ਹੀ ਗੋਤਮ ਅੰਡਾਨੀ ਫੈਮਿਲੀ ਇਸ ਸਾਲ ਸੂਚੀ ਦੇ ਵਿੱਚ 23ਵੇਂ ਨੰਬਰ ਤੇ ਖਿਸਕ ਗਏ ਹਨ ਨਵੀਂ ਸੂਚੀ ਮੁਤਾਬਿਕ ਮੁਕੇਸ਼ ਅੰਬਾਨੀ ਫਿਰ ਤੋਂ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ਇਸ ਤੋਂ ਇਲਾਵਾ ਸਾਇਰਸ ਪੋਨਾਵਾਲਾ 46 ਅਤੇ ਸ਼ਿਵ ਨਾਦਰ ਐਂਡ ਫੈਮਿਲੀ 50ਵੇਂ ਸਥਾਨ ਤੇ ਹਨ ਹਾਲਾਂਕਿ ਇਸ ਵਾਰ ਅਰਬਪਤੀਆਂ ਦੀ ਸੂਚੀ ਦੇ ਵਿੱਚ 15 ਨਵੇਂ ਭਾਰਤੀ ਸ਼ਾਮਲ ਹੋਏ ਹਨ ਹੁਰਨ ਗਲੋਬਲ ਰਿਚ ਲਿਸਟ 2023 ਵਿੱਚ ਭਾਰਤ ਵਿੱਚ ਅਰਪਤੀਆਂ ਦੀ ਕੁੱਲ ਗਿਣਤੀ 28 ਹੋ ਗਈ ਹੈ 188 ਅਰਪਤੀਆਂ ਦੇ ਨਾਲ ਭਾਰਤ ਅਰਪਤੀਆਂ ਦੀ ਗਿਣਤੀ ਦੇ ਵਿੱਚ ਸਿਰਫ ਚੀਨ ਅਤੇ ਅਮਰੀਕਾ ਤੋਂ ਪਿੱਛੇ ਹੈ ਹੋਰਨ ਗਲੋਬਲ ਰਿਚ ਲਿਸਟ ਦੇ ਮੁਤਾਬਿਕ ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ ਦੀ 20% ਭਾਵ 82 ਬਿਲੀਅਨ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ ਹਾਲਾਂਕਿ ਇਸ ਦੇ ਬਾਵਜੂਦ ਉਹ ਲਗਾਤਾਰ ਤੀਜੇ ਸਾਲ ਸਭ ਤੋਂ ਅਮੀਰ ਏਸ਼ੀਆਈ ਬਨੇ ਹੋਏ ਹਨ ਇਸ ਤੋਂ ਇਲਾਵਾ ਗੋਤਮ ਅੰਡਾਨੀ ਐਂਡ ਫੈਮਿਲੀ ਦੀ ਜਾਇਦਾਦ ਦੇ ਵਿੱਚ 35% ਦੀ ਗਿਰਾਵਟ ਆਈ ਹੈ ਅਤੇ ਉਹਨਾਂ ਨੂੰ ਆਪਣਾ ਦੂਜਾ ਸਥਾਨ ਗੁਆਣਾ ਪਿਆ ਅੰਡਾਨੀ ਨੂੰ ਇਹ ਝਟਕਾ ਉਸੇ ਗਰੁੱਪ ਤੇ ਹਿਡਨ ਬਰਗ ਦੀ ਰਿਪੋਰਟ ਕਰਨ ਲੱਗਾ ਹੈ ਪਿਛਲੇ ਸਾਲ 1 ਬਿਲੀਅਨ ਡਾਲਰ ਜਾਂ ਇਸ ਤੋਂ ਵੱਧ ਦਾ ਵਾਅਦਾ ਕਰਨ ਵਾਲੇ ਅਰਪਤੀਆਂ ਦੀ ਸੰਖਿਆ ਦੇ لحاظ ਨਾਲ ਭਾਰਤ 6ਵੇਂ ਸਥਾਨ ਤੇ ਹੈ ਦੇਸ਼ ਦੇ ਸਭ ਤੋਂ ਵੱਧ ਅਰਪਤੀ ਮੁੰਬਈ ਦੇ ਵਿੱਚ ਰਹਿੰਦੇ ਹਨ ਮੁੰਬਈ 66 ਅਰਪਤੀਆਂ ਦਾ ਘਰ ਹੈ ਕੂਟਨੀਤੀ ਦੇ ਵਿੱਚ ਨਹਿਲੇ ਤੇ ਦਹਿਲਾ ਦਾ ਫਾਰਮੂਲਾ ਅਜਮਾਉਂਦੇ ਹੋਏ ਭਾਰਤ ਸਰਕਾਰ ਨੇ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨਨ ਅਤੇ ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਕਰਦੇ ਸੁਰੱਖਿਆ ਕੇਦੇ ਦੇ ਵਿੱਚ ਕਮੀ ਕਰ ਦਿੱਤੀ ਇਹਨਾਂ ਦੋਵਾਂ ਥਾਵਾਂ ਤੇ ਬਾਰੀ ਗੇਟ ਦੇ ਕੋਲ ਲੱਗੇ ਬੈਰੀਕੇਡਸ ਅਤੇ ਸੁਰੱਖਿਆ ਬੰਕਰਾਂ ਨੂੰ ਬੁੱਧਵਾਰ ਸਵੇਰੇ ਦਿੱਲੀ ਪੁਲਿਸ ਨੇ ਹਟਾ ਦਿੱਤਾ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਹਾਈ ਕਮਿਸ਼ਨ ਦੇ ਬਾਹਰ ਲੱਗੇ ਬੈਰੀਕੇਡਸ ਅਤੇ ਬੰਕਰ ਉੱਥੇ ਆਉਣ ਜਾਣ ਵਾਲਿਆਂ ਦੀ ਸਹੂਲਤ ਨੂੰ ਦੇਖਦੇ ਹੋਏ ਹਟਾਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਾਲ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਤੇ ਖਾਲਿਸਤਾਨ ਸਮਰਥਕਾਂ ਦੀ ਹੁੱਲੜਬਾਜ਼ੀ ਨੂੰ ਉੱਥੇ ਦੀ ਪੁਲਿਸ ਰੋਕਣ ਦੇ ਵਿੱਚ ਅਸਫਲ ਰਹੀ ਉਸ ਨੂੰ ਦੇਖਦੇ ਹੋਏ ਭਾਰਤ ਨੇ ਇਹ ਸੰਕੇਤਨ ਕਦਮ ਚੁੱਕਿਆ ਹੈ ਦਿੱਲੀ ਪੁਲਿਸ ਵੱਲੋਂ ਚੁੱਕੇ ਗਏ ਇਸ ਕਦਮ ਬਾਰੇ ਵਿਦੇਸ਼ ਮੰਤਰਾਲੇ ਜਾਂ ਬ੍ਰਿਟਿਸ਼ ਹਾਈ ਕਮਿਸ਼ਨ ਨੇ ਕੋਈ ਬਿਆਨ ਨਹੀਂ ਦਿੱਤਾ। ਦੇਸ਼ ਦੇ ਵਿੱਚ ਸਥਿਤ ਹਰ ਵਿਦੇਸ਼ੀ ਦੂਤਕਾਰ, ਹਾਈ ਕਮਿਸ਼ਨ ਜਾਂ ਵਿਦੇਸ਼ੀ ਏਜੰਸੀ ਨੂੰ ਸੁਰੱਖਿਆ ਦੇਣ ਦੇ ਵਿੱਚ ਵਿਦੇਸ਼ ਮੰਤਰਾਲੇ ਦ ਵੀ ਸਲਾਹ ਦਿੰਦਾ ਹੈ। ਪਰ ਇਸ ਮਾਮਲੇ ਦੇ ਵਿੱਚ ਬੁਲਾਰੇ ਅਰਿੰਦਮ ਬਾਗਚੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਬ੍ਰਿਟੇਨ ਹਾਈ ਕਮਿਸ਼ਨ ਦੇ ਬੁਲਾਰੇ ਨੇ ਬਸ ਇੰਨਾ ਕਿਹਾ ਕਿ ਸੁਰੱਖਿਆ ਨਾਲ ਜੁੜੇ ਮੁੱਦੇ ਤੇ ਅਸੀਂ ਕੋਈ ਬਿਆਨ ਨਹੀਂ ਦਿੰਦੇ ਐਤਵਾਰ ਨੂੰ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਖਾਲੀਸਾ ਸਮਰਥਕਾਂ ਨੇ ਹੁੱਲੜਬਾਜ਼ੀ ਕੀਤੀ ਸੀ ਅਤੇ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਸੀ ਇਸ ਦੌਰਾਨ ਬ੍ਰਿਟਿਸ਼ ਪ੍ਰਸ਼ਾਸਨ ਉੱਤੇ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ناکਾਮ ਰਿਹਾ ਹਾਲਾਂਕਿ ਭਾਰਤੀ ਜਨਸੀਆਂ ਨੇ ਪਹਿਲਾਂ ਹੀ ਬ੍ਰਿਟੇਨ ਸਰਕਾਰ ਨੂੰ ਆਪਣੇ ਹਾਈ ਕਮਿਸ਼ਨ ਦੀ ਸੁਰੱਖਿਆ ਵਿਵਸਥਾ ਨੂੰ ਬਿਹਤਰ ਕਰਨ ਦੀ ਅਪੀਲ ਕੀਤੀ ਸੀ ਇਸ ਦੇ ਬਾਵਜੂਦ ਕੋਈ ਵਿਵਸਥਾ ਨਹੀਂ ਕੀਤੀ ਗਈ ਤਾਜ਼ਾ ਮਾਮਲੇ ਨੂੰ ਇਸ ਦੇ ਹੀ ਪ੍ਰਤੀਕਿਰਿਆ ਮੰਨਿਆ ਜਾ ਰਿਹਾ ਹੈ ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੂੰ ਇੱਕ ਹੋਰ ਚਟਕਾ ਲੱਗਾ ਰਾਊਜ਼ ਅਵੇਨਿਊ ਅਦਾਲਤ ਨੇ ਮਨੀਰ ਸੋਦਿਆ ਦੀ ਨਿਆਇਕ ਹਿਰਾਸਤ 5 ਅਪ੍ਰੈਲ ਤੱਕ ਵਧਾ ਦਿੱਤੀ ਹੈ ਮਨੀਰ ਸੋਦਿਆ ਦਾ ਰਿਮਾਂਡ 2 ਮਾਰਚ ਨੂੰ ਖਤਮ ਹੋ ਰਿਹਾ ਸੀ ਇਸ ਲਈ ਉਹਨਾਂ ਨੂੰ ਰਾਹਤ ਮਿਲਣ ਦੀ ਉਮੀਦ ਸੀ ਹਾਲਾਂਕਿ ਅਦਾਲਤ ਨੇ ਜ਼ਮਾਨਤ ਦੇਣਾ ਮناسب ਨਹੀਂ ਸਮਝਿਆ ਅਤੇ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਅਦਾਲਤ ਦੀ ਸੁਣਵਾਈ ਦੌਰਾਨ ਮਨੀਰ ਸੋਦਿਆ ਨੇ ਅਪੀਲ ਕੀਤੀ ਹੈ ਕਿ ਨਿਆਇਕ ਹਿਰਾਸਤ ਦੌਰਾਨ ਉਸ ਨੂੰ ਕੁਝ ਧਾਰਮਿਕ ਅਤੇ ਅਧਿਆਤਮਿਕ ਕਿਤਾਬਾਂ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਤੋਂ ਬਾਅਦ ਅਦਾਲਤ ਨੇ ਕਿਹਾ ਸੀ ਕਿ ਤੁਸੀਂ ਅਰਜੀ ਦਿਓ ਇਜਾਜ਼ਤ ਦਿੱਤੀ ਜਾਵੇਗੀ ਦੱਸ ਦੇ ਕਿ ਮਨੀਰ ਸੋਦਿਆ ਨੂੰ 26 ਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਤੋਂ ਉਹ ਜੇਲ੍ਹ ਦੇ ਵਿੱਚ ਹਨ ਦਿੱਲੀ ਦੇ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਮਨੀਸ਼ ਸਿਸੋਧਿਆ ਈਡੀ ਤੇ ਸੀਬੀਆਈ ਦੀ ਹਿਰਾਸਤ ਵਿੱਚ ਹੈ ਈਡੀ ਦੀ ਹਿਰਾਸਤ 22 ਮਾਰਚ ਨੂੰ ਖਤਮ ਹੋ ਰਹੀ ਹੈ ਇਸ ਕਾਰਨ ਬੁੱਧਵਾਰ ਨੂੰ ਈਡੀ ਨੇ ਮਨੀਸ਼ ਸਿਸੋਧਿਆ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਦੇ ਵਿੱਚ ਪੇਸ਼ ਕੀਤਾ ਨਵੀਂ ਦਿੱਲੀ ਤੋਂ ਅਮ੍ਰਿਤਸਰ ਜਾ ਰਹੀ ਸ਼ਾਨੇ ਪੰਜਾਬ ਟ੍ਰੇਨ ਬੁੱਧਵਾਰ ਅਚਾਨਕ ਕੰਪਲਿੰਗ ਖੁੱਲ ਜਾਣ ਕਾਰਨ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਪਰ ਲੋਕੋ ਪਾਇਲਟ ਦੇ ਗਾਰਡ ਦੇ ਸਿਆਣਪ ਕਾਰਨ ਵੱਡਾ ਹਾ사 ਵਾਪਰਨ ਤੋਂ ਟਲ ਗਿਆ। ਇਹ ਘਟਨਾ ਮਨਾਨਾ ਅਤੇ ਖਲੀਲਾ ਫਾਟਕਾ ਦਰਮਿਆਨ ਵਾਪਰੀਆ ਮੁਸਾਫਰਾ ਦੇ ਵਿੱਚ ਪੜਥੂ ਮੱਚ ਗਿਆ। ਸੂਚਨਾ ਮਿਲਦੇ ਹੀ ਰੇਲਵੇ ਸਟਾਫ ਤੋਂ ਇਲਾਵਾ ਜੀਆਰਪੀ ਅਤੇ ਆਰਪੀਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਜੀਆਰਪੀ ਦੇ ਇੰਚਾਰਜ ਸਬ ਇੰਸਪੈਕਟਰ ਸੁਰਿੰਦਰ ਸਿੰਘ ਅਨੁਸਾਰ ਜਦੋਂ ਰੇਲ ਗੱਡੀ ਕਰੀਬ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸਮਾਲਕਾ ਰੇਲਵੇ ਸਟੇਸ਼ਨ ਪਾਰ ਕਰਕੇ ਮਨਾਨਾ ਅਤੇ ਖਲੀਲਾ ਫਾਟਕਾ ਦਰਮਿਆਨ ਪਹੁੰਚੀ 8 ਡੱਬੇ ਅਚਾਨਕ ਰੇਲਗੱਡੀ ਦੇ ਪਿਛਲੇ ਹਿੱਸੇ ਤੋਂ ਵੱਖ ਹੋ ਗਏ ਇੰਡੀਅਨ ਸਮੇਤ ਕੁਝ ਡੱਬੇ ਥੋੜੀ ਦੂਰੀ ਤੱਕ ਚੱਲਦੇ ਰਹੇ ਲੋਕੋ ਪਾਇਲਟ ਨੇ ਅਮਰਜੰਸੀ ਬ੍ਰੇਕ ਲਾ ਕੇ ਟ੍ਰੇਨ ਨੂੰ ਰੋਕਿਆ ਕਟਨਾ ਦੀ ਸੂਚਨਾ ਰੇਲਵੇ ਕੰਟਰੋਲ ਰੂਮ ਦੇ ਨਾਲ-ਨਾਲ ਪਾਨੀਪਤ ਤੇ ਸੋਨੀਪਤ ਦੇ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਗਈ ਤਕਨੀਕੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਜਿਸ ਤੋਂ ਬਾਅਦ ਵੱਖ ਹੋਏ ਡੱਬਿਆਂ ਨੂੰ ਦੁਬਾਰਾ ਜੋੜਨ ਦਾ ਕੰਮ ਸ਼ੁਰੂ ਕੀਤਾ ਗਿਆ ਕਰੀਬ 40 ਮਿੰਟ ਤੱਕ ਟ੍ਰੇਨ ਰੁਕੀ ਰਹੀ ਇਸ ਤੋਂ ਬਾਅਦ ਟ੍ਰੇਨ ਨੂੰ ਦੁਬਾਰਾ ਰਵਾਨਾ ਕੀਤਾ ਗਿਆ ਅੰਮ੍ਰਿਤਪਾਰਤ ਸਟੇਸ਼ਨ ਯੋਜਨਾ ਤਹਿਤ ਲੁਧਿਆਣਾ ਰੇਲਵੇ ਸਟੇਸ਼ਨਾਂ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੇ ਲਈ 472 ਕਰੋੜ ਰੁਪਏ ਅਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੇ ਲਈ 98 ਕਰੋੜ ਰੁਪਏ ਦੀ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਸੰਸਦ ਮੈਂਬਰ ਸੰਜੀਵ अरोड़ा ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮਿਲ ਕੇ ਲੁਧਿਆਣਾ ਤੇ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਛੇਤੀ ਨਿਰਮਾਣ ਅਤੇ ਇਨੋਵੇਸ਼ਨ ਕਿਤੇ ਜਾਣ ਦਾ ਮਾਮਲਾ ਉਠਾਇਆ ਇਸ ਮੁਲਾਕਾਤ ਦੌਰਾਨ ਰੇਲ ਮੰਤਰੀ ਨੇ ਸੰਸਦ ਮੈਂਬਰ अरोड़ा ਨੂੰ ਛੇਤੀ ਇਨ੍ਹਾਂ ਸਟੇਸ਼ਨਾਂ ਦੇ ਸਮਾਪਦ ਨਿਰਮਾਣ ਅਤੇ ਅਪਗ੍ਰੇਡ ਕਰਨ ਦਾ ਭਰੋਸਾ ਦਿੱਤਾ ਜ਼ਿਕਰਯੋਗ ਹੈ ਕਿ ਸੰਜੀਵ अरोड़ा ਜਦੋਂ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ ਉਦੋਂ ਤੋਂ ਉਹ ਲੁਧਿਆਣਾ ਰੇਲਵੇ ਸਟੇਸ਼ਨ ਸਮੇਤ ਦੂਜੇ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਉਠਾਉਂਦੇ ਰਹੇ ਹਨ ਇਸੇ ਇਲਾਵਾ ਸੰਸਦ ਮੈਂਬਰ ਦੀ ਅੰ ਦਿੱਲੀ ਤੱਕ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਉਣ ਨੂੰ ਲੈ ਕੇ ਵੀ ਲੰਬੀ ਗੱਲਬਾਤ ਹੋਈ ਮੰਤਰੀ ਨੇ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ ਤੇ ਛੇਤੀ ਹੀ ਅੰਮ੍ਰਿਤਸਰ ਅਤੇ ਦਿੱਲੀ ਵਿਚਾਲੇ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੋੜੇਗੀ ਸੰਸਦ ਮੈਂਬਰ ਨੇ ਦੱਸਿਆ ਕਿ ਸਨ 1860 ਦੇ ਵਿੱਚ ਬਣਿਆ ਲੁਧਿਆਣਾ ਰੇਲਵੇ ਸਟੇਸ਼ਨ 3780 ਵਰਗ ਮੀਟਰ ਦੇ ਵਿੱਚ ਫੈਲਿਆ ਹੋਇਆ ਹੈ ਜਦਕਿ ਪ੍ਰਸਤਾਵਿਤ ਯੋਜਨਾ ਤਹਿਤ ਹੁਣ ਇਸ ਸਟੇਸ਼ਨ ਨੂੰ 31420 ਵਰਗ ਮੀਟਰ ਦੇ ਵਿੱਚ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਨਵੇਂ ਬਣਨ ਵਾਲੇ ਰੇਲਵੇ ਸਟੇਸ਼ਨ ਚ 4 ਫੁੱਟ ਓਵਰ ਬ੍ਰਿਜ ਹੋਣਗੇ ਨਾਲ ਹੀ 7 ਪਲੇਟਫਾਰਮ ਪੂਰੀ ਤਰ੍ਹਾਂ ਕਵਰ ਹੋਣਗੇ ਪੰਜਾਬ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਤੇ ਲੱਗੀ ਪਾਬੰਦੀ ਨੂੰ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ, ਸੰਗਰੂਰ ਅਤੇ ਜਨਾਲਾ 'ਚ ਮੋਬਾਈਲ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਜਦਕਿ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ 'ਚ ਇੰਟਰਨੈਟ ਬੈਨ ਨੂੰ ਹੋਰ ਵਧਾ ਦਿੱਤਾ ਗਿਆ ਇਹਨਾਂ ਜ਼ਿਲ੍ਹਿਆਂ 'ਚ ਕੱਲ੍ਹ ਤੱਕ ਪਾਬੰਦੀ ਵਿਧਾਈ ਗਈ ਸੀ ਇਸ ਤੋਂ ਇਲਾਵਾ ਮੁਹਾਲੀ ਤੇ ਵਾਪੀਐਸ ਚੌਂਕ 'ਚ ਵੀ ਇਹ ਪਾਬੰਦੀ ਹਟਾ ਦਿੱਤੀ ਗਈ ਹੈ ਜਿਕਰ ਇਹੋ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਗ੍ਰਹਿ ਮੰਤਰਾਲੇ ਨੇ ਬੀਤੇ ਦਿਨੀ ਸੂਬੇ ਦੇ 4 ਜ਼ਿਲ੍ਹਿਆਂ ਤਰਨ ਦਾਰਨ ਫਿਰੋਜ਼ਪੁਰ ਮੋਂਗਾ ਅਤੇ ਸੰਗਰੂਰ 'ਚ ਇੰਟਰਨੈਟ ਪੂਰਨ ਤੌਰ ਤੇ ਬੰਦੀ ਲਗਾਈ ਸੀ ਜਦਕਿ ਅੰਮ੍ਰਿਤਸਰ ਤੇ ਜਨਾਲਾ 'ਚ ਵੀ ਇੰਟਰਨੈਟ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਮਤਲਬ ਕਿ 18 ਮਾਰਚ ਨੂੰ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਅਮਰਿਤਪਾਲ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੂਬੇ ਦੇ ਵਿੱਚ ਅਫਵਾਹਾਂ ਅਤੇ ਮਾਹੌਲ ਨੂੰ ਵਿਗਾੜਨ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਰੋਕ ਲਾ ਦਿੱਤੀ ਗਈ ਸੀ ਸ਼ਹੀਦੇ ਆਜਪ ਪਗਲ ਸਿੰਘ ਜੀ ਦੀ ਸ਼ਹੀਦੀ ਦਾ ਨੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪਿੰਡ ਖਟਕੜ ਕਲਾ ਪੁੱਜੇ ਇੱਥੇ ਉਹਨਾਂ ਨੇ ਸ਼ਹੀਦ ਪਗਲ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਿਆ ਗਈਆਂ ਹਨ ਅਤੇ ਇੱਥੇ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ 22 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੀਬਗੜ ਤੋਂ ਸ਼ਹੀਦ ਪਗਲ ਸਿੰਘ ਦੇ ਘਰ ਤੱਕ 850 ਮੀਟਰ ਲੰਬੀ ਵਿਰਾਸਤੀ ਗੱਲੀ ਬਣਾਉਣ ਦਾ ਐਲਾਨ ਕੀਤਾ ਸੀ। ਸ਼ਹੀਦ ਪਗਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਤੋਂ ਬਾਅਦ ਉਹ ਫਿਰੋਜਪੁਰ ਜਾ ਕੇ ਸ਼ਿਦਧਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੇ ਸ਼ਰਦਾਂਝਲੀ ਪੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਜੰਤਰ-ਮੰਤਰ ਤੇ ਹੋਣ ਵਾਲੀ ਮੀਟਿੰਗ ਤੇ ਵੀ ਕੇਂਦਰ ਸਰਕਾਰ ਖਿਲਾਫ ਸ਼ੁਰੂ ਕੀਤੀ ਮੁਹਿੰਮ ਜਿਸ ਸਿੱਧੇ ਤੌਰ ਤੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੰਤਰ-ਮੰਤਰ ਵਿਖੇ ਜਨਸਭਾ ਨੂੰ ਸੰਬੋਧਨ ਕਰਨਗੇ। ਇਹ ਜਨਸਭਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪੋਸਟਰ ਲਗਾਏ ਜਾਣ ਤੋਂ ਬਾਅਦ ਹੋਈ ਕਾਰਵਾਈ ਕਰਨ ਤੇ ਕੀਤੀ ਜਾਵੇਗੀ। ਇਹਨਾਂ ਦੇਸ਼ ਵਿਦੇਸ਼ ਦੀਆਂ ਕੋਜੀ ਚੌਥੀਆਂ ਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਸੀ ਟੀਵੀ ਦੇ ਨਾਲ